ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਸਟੱਡੀ ਬਾਈ ਹਰਪ੍ਰੀਤ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਜੋ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਵੈਲਪਮੈਂਟ ਅਥਾਰਟੀ ਵੱਲੋਂ ਜੋ ਭਰਤੀ ਸੂਚਨਾ ਆਊਟ ਕੀਤੀ ਗਈ ਠੀਕ ਅਸਾਮੀ ਦਾ ਨਾਮ ਹੈਗਾ ਟੈਕਨੀਕਲ ਐਡਵਾਈਜ਼ਰ ਦੀ ਇੱਕ ਪੋਸਟ ਹੈ ਸੈਲਰੀ ਤੁਹਾਡੀ 1 ਲੱਖ ਤੋਂ 1 ਲੱਖ 10 ਹਜ਼ਾਰ ਹੈ ਤੇ ਦੂਸਰੀ ਪੋਸਟ ਹੈ ਟੈਕਨੀਕਲ ਮੈਨੇਜਰ ਦੀ ਐਗਰੀਕਲਚਰ ਇੱਕ ਪੋਸਟ ਹੈ ਤੇ 70 ਹਜ਼ਾਰ ਰੁਪਏ ਤੁਹਾਡੀ ਤਨਖਾਹ ਲਾਸਟ ਡੇਟ ਦੀ ਗੱਲ ਕਰੀਏ 24 ਜਨਵਰੀ ਲਾਸਟ ਡੇਟ ਹੈ 24 ਜਨਵਰੀ 2022 ਤੱਕ ਤੁਸੀ ਅਪਲਾਈ ਕਰ ਲੈਣਾ ਬਿਨਾ ਕਰ ਦਰਖਾਸਤ ਫਾਰਮ ਅਤੇ ਸ਼ਰਤਾਂ ਤੇ ਪ੍ਰਤੀਬੰਧਾਂ ਸਹਿਤ ਵਿਸਤ੍ਰਿਤ ਵਿਗਿਆਪਨ ਅਤੇ ਜਾਣਕਾਰੀ ਲਈ ਅਥਾਰਟੀ ਦੀ ਵੈੱਬਸਾਈਟ ਨਾਲ ਵੈੱਬਸਾਈਟ ਜਿਆਦਾ ਜਾਣਕਾਰੀ ਤੁਸੀਂ ਇਸ ਵੈੱਬਸਾਈਟ ਤੋਂ ਲੈ ਸਕਦੇ ਹੋ ਤੇ ਐਪਲੀਕੇਸ਼ਨ ਫਾਰਮ ਤੇ ਨੋਟੀਫਿਕੇਸ਼ਨ ਇਸ ਵੈੱਬਸਾਈਟ ਤੋਂ ਡਾਊਨਲੋਡ ਕਰਕੇ ਤੇ ਚੰਗੀ ਤਰ੍ਹਾਂ ਰੀਡ ਆਊਟ ਕਰਕੇ ਦੋਸਤੋ ਬਰ ਅਪਲਾਈ ਕਰ ਲੈਣਾ ਹੈ ਤੇ ਐਪਲੀਕੇਸ਼ਨ ਫਾਰਮ ਤੁਹਾਨੂੰ ਉਨ੍ਹਾਂ ਦੀ ਵੈੱਬਸਾਈਟ ਤੇ ਮਿਲੇਗਾ ਤੇ ਨੈਕਸਟ ਲਿਖਿਆ ਟੈਕਨੀਕਲ ਐਡਵਾਈਜ਼ਰ ਦੀ ਸਾਮੀ ਲਈ ਪਹਿਲਾਂ ਦਰਖਾਸਤ ਕਰ ਚੁੱਕੇ ਉਮੀਦਵਾਰ ਮੋੜ ਬਿਨਾਂ ਨਾ ਕਰਨ ਜਾਨੀ ਕੀ ਦੁਆਰਾ ਅਪਲਾਈ ਨਾ ਕਰਨੀ ਠੀਕ ਹੈ ਇਹਨਾਂ ਨੇ ਪਹਿਲਾਂ ਟੈਕਨੀਕਲ ਐਡਵਾਈਜ਼ਰ ਦੇ ਸਾਮੀ ਲਈ ਅਪਲਾਈ ਕੀਤਾ ਸੀ ਨੈਕਸਟ ਹੈ ਪ੍ਰਤੀ ਸੂਚਨਾ ਸੰਬੰਧੀ ਕੋਈ ਵੀ ਸ਼ੁੱਧੀ ਪੱਤਰ ਉਕਤ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤਾ ਜਾਵੇਗਾ ਕੋਈ ਵੀ ਅਪਡੇਟ ਆਉਂਦੀ ਇਹਨਾਂ ਦੀ ਵੈੱਬਸਾਈਟ ਤੇ ਜੋ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ ਠੀਕ ਜੋ ਸ਼ੁੱਧੀ ਪੱਤਰ ਕੋਈ ਵੀ ਆਉਂਦਾ ਇਹਨਾਂ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ ਤੇ ਤੁਸੀਂ ਇਹਨਾਂ ਦੀ ਵੈੱਬਸਾਈਟ ਲਗਾਤਾਰ ਚੈੱਕ ਕਰਦੇ ਰਹਿਣਾ ਹਮੇਸ਼ਾ ਮੈਂ ਤੇ ਠੀਕ ਤਾਂ ਐਸਆਈ ਦੀ ਵੀਡੀਓ ਵੀਡੀਓ ਬਤੀ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਧੰਨਵਾਦ